ਬਹੁਤ ਵੱਡਾ ਸਥਾਨ ਨਾਨਸਰ ਸਾਹਿਬ ਦਾ ਸਭ ਤੋਂ ਵੱਡੀ ਗੱਲ ਹੈ ਨਾਨਸਰ ਸਾਹਿਬ ਜੀ ਦੀ ਕਿ ਇੱਥੇ ਸਾਰਾ ਕੁਝ ਪੱਕਾ ਪਕਾਇਆ ਆਂਦਾ ਵੇ ਇੱਥੇ ਕਿਸੇ ਚੀਜ਼ ਦੀ ਕੋਈ ਮਾਇਆ ਦੀ ਚੜਤ ਨਹੀਂ ਹੁੰਦੀ ਤੇ ਬਾਬਾ ਨਾਨ ਸਿੰਘ ਜੀ ਸਿੱਧੇ ਦੀ ਕਮਾਈ ਬਾਬਾ ਜੀ ਦੀ ਬਾਬਾ ਜੀ ਨੇ ਕਦੇ ਮਾਇਆ ਨੂੰ ਹੱਥ ਨਹੀਂ ਲਾਇਆ ਬਾਬਾ ਜੀ ਨੇ ਕੱਲੀ ਵਰਤਨਨ ਕਦੇ ਮੇਲ ਨਹੀਂ ਉਹਦਾ ਭਰਾ ਉਹਦਾ ਪਿਤਾ ਉਹਦਾ ਪਤੀ ਨਾਲ ਹੋਏ ਤੇ ਬਾਬਾ ਨਾਨਕ ਜੀ ਨੇ ਇਤਨੀ ਕਮਾਈ ਸੀ ਔਰ ਇਤਨਾ ਸਤਕਾਰ ਸੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਤੀ ਕਿ ਬਾਬਾ ਨਾਨਕ ਸਿੰਘ ਜੀ ਟੋਏ ਪਟਕੇ ਬੰਦੇ ਸੀ ਤੇ ਬਾਬਾ ਨਾਨਕ ਸਿੰਘ ਜੀ ਇਹ ਵੀ ਬਚਨ ਕਰਦੇ ਸੀ ਕਿਸੇ ਨੇ ਵੈਸੇ ਹੀ ਬਾਬਾ ਜੀ ਨੂੰ ਪਿਆਰ ਵਿੱਚ ਕਹਿਤਾ ਕਿ ਬਾਬਾ ਜੀ ਆਪਜੀ ਟੋਏ ਪਟਕੇ ਕਿਉਂ ਬੰਦੇ ਹੋ ਤੇ ਫਿਰ ਬਾਬਾ ਨਾਨਕ ਸਿੰਘ ਜੀ ਕਹਿੰਦੇ ਕਹਿੰਦੇ ਅਜੇ ਮੈਂ ਗੁਰੂ ਦਾ ਸਿੱਖ ਵੀ ਨਹੀਂ ਬਨਿਆ ਤੇ ਸੰਗਤ ਆਂਦੀ ਏ ਉਹਨਾਂ ਦੀ ਚਰਨ ਧੂੜੀ ਉੜਦੀ ਏ ਉਹ ਚਰਨ ਧੂੜੀ ਮੇਰੇ ਉੱਪਰ ਪਏ ਤੇ ਤਾਂ ਮੈਂ ਗੁਰੂ ਦਾ ਸਿੱਖ ਬਨ ਜਾਵਾਂ ਇਹ ਵੀ ਨਿਮਰਤਾ ਦੀ ਨਿਸ਼ਾਨੀ ਤੇ ਬੋਤ ਬਾਬਾ ਜੀ ਦੇ ਹੁਣ ਮੈਂ ਬਾਬਾ ਜੀ ਕਿਰਪਾ ਕਰਨ ਕੈਸੇ ਕੈਸੇ ਬਚਣਾ ਆਪ ਜੀ ਨੂੰ ਸੁਨਾਵਾ ਬਾਬਾ ਨਾਨਕ ਸਿੰਘ ਜੀ ਨੇ ਇਤਨੀ ਕਮਾਈਆਂ ਕੀਤੀਆਂ ਨੇ ਬਸ ਇਹ ਅਰਦਾਸ ਹੈ ਕਿਉਂਕਿ ਜਿਵੇਂ ਬਾਣੀ ਵੀ ਕਹਿੰਦੀ ਨਾ ਕੋਈ ਜਨ ਹਰ ਸੇ ਹੁੰਦੇ ਵਿੱਚ ਜੋੜ ਚਰਨ ਗਹੋਂ ਬਕੋਸੋਂ ਵਿਰਸਨਾ ਦੀਜੇ ਪ੍ਰਾਨ ਅਕੋਰ ਬਸ ਕਿਰਪਾ ਕਰਨ ਬਾਬਾ ਨਾਨਕ ਸਿੰਘ ਜੀ ਜਿਵੇਂ ਗੁਰਨਾਨ ਦੇਵ ਜੀ ਦੇ ਰਸ਼ਨ ਕੀਤੇ ਬਾਬਾ ਨਾਨਕ ਸਿੰਘ ਨੇ ਕਮਾਈਆਂ ਕੀਤੀਆਂ 24 24 ਘੰਟੇ ਬਾਬਾ ਜੀ ਨੇ ਘਾਲਣਾ ਕੱਲੀ ਤੇ ਕਿਸੇ ਚੀਜ਼ ਦੇ ਨਾਨਕ ਸਰਵਿਸ ਆ ਦਾ ਕੱਚਾ ਰੱਖਿਆ ਤੇ ਉਹਦੇ ਬਾਅਦ ਫਿਰ ਆਪ ਜੀ ਦੇਖੋ ਬਾਬਾ ਨਾਨ ਸਿੰਘ ਜੀ ਇਤਨੀ ਕਮਾਈਆਂ ਸਨ ਤੇ ਭਾਵੇਂ ਨਿਮਰਤਾ ਦੇਖ ਲਈਏ ਨਿਰਵੈਰਤਾ ਦੇਖ ਲਈਏ ਭਾਈ ਡਰੋਲੀ ਜੀ ਉਹਨਾਂ ਦੇ ਸੇਵਕ ਹੋਏ ਨੇ ਉਹਨਾਂ ਨੂੰ ਅਗਰ ਕਿਸੇ ਨੇ ਕਹਿ ਤਾ ਕਿ ਕਿ ਬਾਬਾ ਜੀ ਤੁਹਾਡੀ ਨਿੰਦਾ ਨਾਨਕ ਸਾਹਿਬ ਜੀ ਨੇ ਨਿੰਦਾ ਕੀਤੀ ਜਾ ਰਹੀ ਹੈ ਤੇ ਬਾਬਾ ਜੀ ਨੇ ਪਿਆਰ ਕੀਤਾ ਭਾਈ ਡਰੋਲੀ ਤੇਨੀ ਮੁਕਤੀ ਬਾਅਦ ਵਿੱਚ ਉਹਨਾਂ ਦੀ ਮੁਕਤੀ ਪਹਿਲੇ ਗੁਰੂ ਸਾਹਿਬ ਜੀ ਕਿਰਪਾ ਕਰਨ ਬਸ 아이 ਇਹ ਬਾਬਾ ਨਾਨ ਸਿੰਘ ਜੀ ਸਾਨੂੰ ਵੀ ਗੁਰਨਾਨ ਸਾਹਿਬ ਜੀ ਦੇ ਚੈਨ ਨਾਲ ਜੋੜ ਦੇਣ ਸਾਨੂੰ ਵੀ ਕਿਉਂਕਿ ਬਾਬਾ ਜੀ ਬਹੁਤ ਖੁਸ਼ ਹੁੰਦੇ ਨੇ ਮਰਤਾ ਵਿੱਚ ਬਾਬਾ ਜੀ ਬਹੁਤ ਖੁਸ਼ ਹੁੰਦੇ ਨੇ ਬੰਦਗੀ ਵਿੱਚ ਤੇ ਬਸ ਸਾਨੂੰ ਵੀ ਬਾਬਾ ਜੀ ਬੰਦਗੀ ਨਾਲ ਜੋੜ ਦੇਣ ਜੋ ਕਿਉਂਕਿ ਨਾਮ ਦਾ ਏਕਾ ਹੈ ਤੇ ਸਭ ਕੁਝ ਹੈ ਜਿੰਨੇ ਵੀ ਜ਼ੀਰੋ ਲਗਾ ਲਿਏ ਨਾਮ ਦਾ ਏਕਾ ਹੋਏਗਾ ਤੇ ਸਭ ਕੋਈ ਸ਼ੈ ਕੋਈ ਦਾਤ ਮੰਗਣ ਦੀ ਲੋੜ ਨਹੀਂ ਬਸ ਇੱਕੋ ਹੀ ਦਾਤ ਮੰਗ ਲਈ ਕਿ ਬਾਬਾ ਜੀ ਵਸਨ ਨਹੀਂ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹ ਹੋਇਓ ਇਹ ਦਾਤ ਅਗਰ ਬਾਬਾ ਜੀ ਦੇ ਦੇਣ ਸਾਰੀ ਦਾਤਾਂ ਮਗਰ ਲੱਗਦੀ ਆਂਦੀਆਂ ਨੇ ਇੱਕ ਵਾਰੀ ਆਪ ਜੀ ਸਾਰੇ ਫਿਰ ਦਰਸ਼ਨ ਕਰ ਲਿਓ ਕਿੰਨਾ ਪਿਆਰਾ ਸਥਾਨ ਹੈ ਤੇ ਸਾਡੇ ਵੀ ਹਾਜ਼ਰੀ ਗੁਰੂ ਸਾਹਿਬ ਜੀ ਆਪਣੇ ਚੰਨਾ ਵਿੱਚ ਲਗਾ ਲੈਣ ਆਪ ਜੀ ਦੇਖ ਕੇ ਦਰਸ਼ਨ ਕਰਿਆ ਜੀ ਜੀ ਇਹਨਾਂ ਇੱਥੇ ਦਾ ਨਾ ਉਹ ਦੱਸ ਦੋ ਹਾਂ ਪੁੱਤਰ ਘਰ ਉੱਤੇ ਨਹੀਂ ਨਹੀਂ ਹਾਂ ਦਰਸ਼ਨ ਕਰਨਾ ਹੈ